हाँ जी, की हाल चाल तुहाडे सारयां दा। अज मैं जिहड़ी खबर लिआया वा ਉਹ ਹੈ ਦ ਲੈਜੈਂਡ ਗੁਰਦਾਸ ਮਾਨ ਜੀ ਦੇ ਬਾਰੇ। ਅਤੇ ਗੁਰਦਾਸ ਮਾਨ ਜੀ ਨੇ ਰੀਸੈਂਟਲੀ ਇੱਕ ਇੰਟਰਵਿਊ 'ਚ ਕੋਟ ਕੀਤਾ ਹੈ ਕਿ ਕਿਸ ਤਰ੍ਹਾਂ ਜਦੋਂ ਉਹਨਾਂ ਨੇ ਆਪਣਾ ਸਿੰਗਿੰਗ ਕਾਰਵਾ ਸ਼ੁਰੂ ਕੀਤਾ ਸੀ ਅਤੇ ਡੂ ਇਟ ਦਾ ਜ਼ਮਾਨਾ ਸੀ, ਅਤੇ ਉਹ ਇਕੱਲੇ ਹੀ ਸੀ ਜਿਨ੍ਹਾਂ ਨੇ ਸੋਲੋ ਪਰਫਾਰਮ ਕਰਨ ਦੀ ਹਿੰਮਤ ਰੱਖੀ ਅਤੇ ਇੰਡਸਟਰੀ ਨੂੰ ਪਹਿਲਾ ਸੋਲੋ ਹਿੱਟ ਦਿੱਤਾ ਜੋ ਕਿ 1980 'ਚ ਆਇਆ ਸੀ। ਦਿਲ ਦਾ ਮਾਮਲਾ ਹੈ ਤੋਂ ਬਾਅਦ ਤੋਂ ਲੈ ਕੇ ਹੁਣ ਤੱਕਨ ਗੁਰਦਾਸ ਮਾਨ ਜੀ ਨੇ 34 ਐਲਬਮਸ ਦਿੱਤੀਆਂ ਨੇ ਅਤੇ 305 ਤੋਂ ਜ਼ਿਆਦਾ ਗਾਣੇ ਲਿਖੇ ਨੇ। ਗੁਰਦਾਸ ਮਾਨ ਜੀ ਨਾਲ ਰਿਲੇਟਡ ਇੱਕ ਖਬਰ ਹੋਰ ਹੈ ਮੇਰੇ ਕੋਲ ਕਿ ਗੁਰਦਾਸ ਮਾਨ ਜੀ ਬਹੁਤ ਜਲਦੀ ਨਜ਼ਰ ਆਉਣਗੇ ਐਜ਼ ਅ ਗੈਸਟ ਜੱਜ ਔਨ ਦਾ ਸ਼ੋਅ ਰਾਈਜ਼ਿੰਗ ਸਟਾਰ 2। ਪੂਰੀ ਖਬਰ ਪੜ੍ਹਨ ਲਈ ਜਾਓ gabruu.com ਤੇ। ਔਸਮ ਵੀਡੀਓਜ਼ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਮੈਂ ਜਾਵਾਂਗਾ ਅੰਦਰ ਅਗਲੀ ਖਬਰ ਦੀ ਤਿਆਰੀ ਕਰਨ। ਸੀ ਯੂ ਨੈਕਸਟ ਟਾਈਮ। gabruu.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।